ਇੱਕ ਇੱਕ ਕਲਾਮ ਵਾਸਤੇ ਹੁਕਮ ਹੈਗਾ ਸੀ, ਮੈਂ ਉਹਦੇ ਦੋ ਸ਼ੇਰ ਪੇਸ਼ ਕਰਨਾ ਹਾਂ। ਮਾਈ ਦਾਈ ਹਲੀਮਾ ਦਾ ਜ਼ਿਕਰ ਬੜਾ ਜ਼ਰੂਰੀ ਹੈ, ਜਿਹਨੇ ਸਾਰੀ ਆਲ ਦੇ ਸਰਦਾਰ ਨੂੰ ਪਾਲਿਆ। ਆਖੇ ਹਲੀਮਾ ਕਹਿ ਦਿਓ ਸੁਭਾਨ ਅੱਲਾਹ, ਆਖੇ ਹਲੀਮਾ ਹੋਇਆ ਕਮਾਲ। ਖੂਬਸੂਰਤ ਜ਼ਿਕਰ ਕੀਤਾ ਹੈ, ਇਸ ਵਿੱਚ ਤੇ ਸਕਿਓ ਮੈਂ ਵੰਡ ਨਹੀਂ ਕੀਤੀ, ਇਸ ਵਿੱਚ ਤੇ ਸਕਿਓ ਮੈਂ ਵੰਡ ਨਹੀਂ ਕੀਤੀ, ਇਹਨੂੰ ਸੌਣ ਲੱਗੇ ਆ ਕਦੀ ਕੰਡ ਨਹੀਂ ਕੀਤੀ, ਇਹਨੂੰ ਸੌਣ ਲੱਗੇ ਆ ਕਦੀ ਕੰਡ ਨਹੀਂ ਕੀਤੀ, ਇਹਨੂੰ ਸੌਣ ਲੱਗੇ ਆ ਕਦੀ ਕੰਡ ਨਹੀਂ ਸੌਣ ਲੱਗਿਆ ਕਦੀ ਕੰਡ ਨਹੀਂ ਕੀਤੀ, ਉਹ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈ ਆ, ਉਹਨੂੰ ਲੈ ਕੇ ਆਈ ਆ ਕੇ ਹਲੀਮਾ। ਪਤਾ ਲੱਗੇ ਜਿੰਨੇ ਵੀ ਹਜ਼ੂਰ ਦੇ ਦੀਵਾਨੇ ਬੈਠੇ ਨੇ, ਇੱਕ ਵਾਰੀ ਮਿਲ ਕੇ ਮੇਰੇ ਸ਼ੇਰ ਨੂੰ ਆਪਣੇ ਦਿਲ ਤੇ ਸਮਾ ਕੇ ਮੇਰੇ ਨਾਲ ਪੜਨਾ ਉਹ ਸਿੱਖ ਦੀ ਨੁਹਾ ਕੇ ਅੱਲਾ ਮਿਲਾਏ ਸਿੱਖ ਦੀ ਨੁਹਾ। ਅਸੀਂ ਖੁਸ਼ਬਖਤ ਕਿ ਅਸੀਂ ਹਜ਼ੂਰ ਦੀ ਆਲ ਦੇ ਵਿੱਚੋਂ ਔਰ ਅਸੀਂ ਹਜ਼ੂਰ ਦੀ ਆਲ ਦੇ ਗੁਲਾਮ, ਹੱਥ ਚੁੱਕ ਕੇ ਕਹਿਣਾ ਸਿਗਦੀ ਨੁਹਾ ਗਿਆ ਅੱਲਾ ਮਿਲਾਇਆ, ਸਿਗਦੀ ਨੁਹਾ ਗਿਆ ਅੱਲਾ ਮਿਲਾਇਆ, ਉਹਨੂੰ ਲੱਖ ਸਲਾਮਾ ਔਰ ਜਿਸ ਮਾਂ ਤੇ ਜਾਇਆ ਹੈ, ਉਹਨੂੰ ਲੱਖ ਸਲਾਮਾ ਜਿਸ ਮਾਂ ਤੇ ਜਾਇਆ ਹੈ। ਹਜ਼ੂਰ ਦੀ ਮਾਂ ਨੂੰ ਇੱਕ ਵਾਰੀ ਹੱਥ ਚੁੱਕ ਕੇ ਸਲਾਮ ਪੇਸ਼ ਕਰਨਾ, ਬਲਕਿ ਮੈਂ ਕਹਾਂਗਾ ਇੱਕ ਵਾਰੀ ਭਾਵੇਂ ਖੜੇ ਹੋ ਕੇ ਹਜ਼ੂਰ ਦੀ ਮਾਂ ਨੂੰ ਸਲਾਮ ਪੇਸ਼ ਕਰਨਾ, ਹੱਥ ਚੁੱਕ ਕੇ ਕਹਿਣਾ ਉਹਨੂੰ ਲੱਖ ਸਲਾਮਾ ਉਹ ਜਿਸ ਮਾਂ ਨੇ ਜਾਇਆ ਹੈ, ਉਹਨੂੰ ਲੱਖ ਸਲਾਮਾ ਜਿਸ ਮਾਂ ਨੇ ਜਾਇਆ ਹੈ, ਉਹਨੂੰ ਲੱਖ ਸਲਾਮਾ ਜਿਸ ਮਾਂ ਨੇ ਜਾਇਆ ਹੈ, ਉਹਨੂੰ ਲੱਖ ਸਲਾਮਾ ਜਿਸ ਮਾਂ ਨੇ ਜਾਇਆ ਹੈ।
आसमान जाया है ओनु लख सलाम हाथ चुक के सलाम पेश लहरा के ओनु लख सलाम जिस्मान जाया है ओनु लख सलाम जिस्मान जाया है ओनु लख सलाम पता लगे हजूर दे नाल नाल मोहब्बत जिन्नू हाथ चुके ने मेरे नाल कहना हट्टियां देखण माया ते नाम मुहम्मद दा साडी अखियां दी ठंड माया ओनो लख सलाम जिस्मान जाए ओनो लख सलाम जिस्मान कमली वाला पीछे बाबा फरीद होवे ओनु लख सलामा जिस्मा